ये नशे वालिया ने लुट खोह की, लुट खोह करद्या दे नाल तिन्हां नूं मार गए, तिन्हां नूं मार गए जे पुलिस नाल मिली, जे पुलिस नाल मिली मैं मूँह ते कहूँगा मेरा भरा ते दो भैणां जी। ये जी गुड्डियां दवाई लैन गईआं सर सिंह आउण डीआं वापस पिंड नूं, इत्थे आ के घेरिया गईआं ए, उहनां दी कोई पछाण नहीं सानूं जी। एक एक बंदा नूं जे फड़िया गया वा साडा घर मूदा कर गए कंजर, साडा घर मूदा कर गए, सानू इंसाफ चाहिए, सानू इंसाफ चाहिए भाजी, सानू बंदा इत्थे चाहिए कातल, साढ़े तीन जी गए सानू कातल चाहिए। रमन ते लड़की रमनदीप है ते सोनी, उन्हां दी डेड बॉडीज मिली है ते नाल एक उन्हां दा कजन ब्रदर है जोबन, उहदी डेड बॉडी मिली है। ਨਹੀਂ ਪੈਦਲ ਭੱਜ ਗਏ ਜੀ, ਪੈਦਲ ਤੇ ਮਗਰ ਭੱਜੇ ਆ, ਅਜੇ ਕੁਛ ਵੀ ਨਹੀਂ। ਸਾਡਾ ਭਰਾ ਗਿਆ, ਉਹ ਬੰਦਾ ਵੇਖਣ ਜਿਹੜਾ ਫੜਿਆ ਠਾਣੇ ਪੈ ਗਿਆ। ਹਾਂ, ਇੱਕ ਨਿਰਮਲ ਲੜਕਾ ਜਿਹੜਾ ਨਿਰਮਲ ਆ, ਉਹ ਬੁਰਜ ਦੇਵਾ ਸਿੰਘ ਦਾ, ਉਹ ਅਸੀਂ ਅਰੈਸਟ ਕਰ ਲਿਆ ਉਹ ਸਾਡੇ ਕੋਲ ਠਾਣੇ। ਦੋ ਲੜਕੀਆਂ ਆ, ਦੋ ਕਜ਼ਨ ਸਿਸਟਰ ਆ, ਨਾਲ ਉਹਨਾਂ ਦਾ ਬ੍ਰਦਰ ਆ ਜੋਬਨ, ਉਹ ਵੀ ਉਹਨਾਂ ਦਾ ਕਜ਼ਨ ਬ੍ਰਦਰ ਆ। ਮੇਰਾ ਨਾਮ ਅਮਰਤਪਾਲ ਸਿੰਘ ਜੀ। ਹਾਂਜੀ, ਇਹ ਭਾਅ ਜੀ ਚੋ ਇਹ ਲੁੱਟ ਖੋਹ ਕੀਤੀ ਜੀ ਨਸ਼ਿਆਂ ਵਾਲਿਆਂ ਨੇ, ਇਹ ਨਸ਼ਿਆਂ ਵਾਲਿਆਂ ਨੇ ਲੁੱਟ ਖੋਹ ਕੀਤੀ, ਲੁੱਟ ਖੋਹ ਕਰਦਿਆਂ ਦੇ ਨਾਲ ਤਿੰਨਾਂ ਨੂੰ ਮਾਰ ਗਏ, ਤਿੰਨਾਂ ਨੂੰ ਮਾਰ ਗਏ ਜੇ ਅਤੇ ਪੁਲਿਸ ਨਾਲ ਮਿਲੀ, ਜੇ ਪੁਲਿਸ ਨਾਲ ਮਿਲੀ ਮੈਂ ਮੂੰਹ ਤੇ ਕਹੂੰਗਾ ਮੇਰਾ ਭਰਾ ਤੇ ਦੋ ਭੈਣਾਂ ਜੀ। ਸਾਡਾ ਘਰ ਮੂਦਾ ਕਰ ਗਏ ਕੰਜਰ, ਸਾਡਾ ਘਰ ਮੂਦਾ ਕਰ ਗਏ, ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਨਸਾਫ ਚਾਹੀਦਾ ਭਾਜੀ, ਸਾਨੂੰ ਬੰਦਾ ਇੱਥੇ ਚਾਹੀਦਾ ਕਾਤਲ, ਕਾਤਲ ਚਾਹੀਦਾ ਸਾਨੂੰ, ਇੱਥੇ ਕਾਤਲ ਬੰਦਾ ਸਾਨੂੰ ਚਾਹੀਦਾ, ਸਾਡੇ ਤਿੰਨ ਜੀ ਗਏ ਸਾਨੂੰ ਕਾਤਲ ਚਾਹੀਦਾ, ਅਸੀਂ ਲਾਸ਼ਾਂ ਦੇ ਦਾਂਗੇ। ਮੇਰਾ ਨਾਮ ਕਸ਼ਮੀਰ ਸਿੰਘ ਜੀ। ਕੀ ਗੱਲਬਾਤ ਹੋਈ ਤੁਹਾਡੀ? ਇਹ ਜੀ ਗੁੱਡੀਆਂ ਦਵਾਈ ਲੈਣ ਗਈਆਂ ਸਰ ਸਿੰਘ। ਅੱਛਾ ਜੀ, ਆਉਣ ਡੀਆਂ ਵਾਪਸ ਪਿੰਡ ਨੂੰ। ਹਾਂਜੀ, ਇੱਥੇ ਘੇਰਿਆ ਗਈਆਂ, ਇੱਥੇ ਆ ਕੇ ਘੇਰਿਆ ਗਈਆਂ। ਇਹ ਕੌਣ ਵਿਅਕਤੀ ਸਨ ਜਿਨ੍ਹਾਂ ਨੇ, ਮਤਲਬ ਇਹਨਾਂ ਨੂੰ, ਉਹਨਾਂ ਦੀ ਕੋਈ ਪਛਾਣ ਨਹੀਂ ਸਾਨੂੰ ਜੀ। ਇੱਕ ਬੰਦਾ ਨੂੰ ਜੇ ਫੜਿਆ ਗਿਆ ਵਾ ਗੱਡੀ ਦੇ, ਨਹੀਂ ਪੈਦਲ ਭੱਜ ਗਏ ਜੀ, ਪੈਦਲ ਤੇ ਮਗਰ ਭੱਜੇ ਆ। ਇਸ ਸੰਬੰਧੀ ਕੋਈ ਦਰਖਾਸਤ ਦਿੱਤੀ? ਨਹੀਂ, ਬਹੁਤ ਪੁਲਿਸ ਆ ਗਈ, ਦਰਖਾਸਤ ਨਹੀਂ, ਲੋਕਾਂ ਫੋਨ ਬਹੁਤ ਕਰਦੇ ਆ। ਕੀ ਕਾਰਵਾਈ ਕੀਤੀ ਜਾ ਰਹੀ? ਅਜੇ ਕੋਈ ਵੀ ਨਹੀਂ ਕੀਤੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ? ਅਜੇ ਕੁਛ ਵੀ ਨਹੀਂ, ਸਾਡਾ ਭਰਾ ਗਿਆ, ਉਹ ਬੰਦਾ ਵੇਖਣ ਜਿਹੜਾ ਫੜਿਆ ਠਾਣੇ। ਮੰਗ ਕੀ ਕਰਦੇ? ਆਪਣੀ ਮੰਗ ਦੱਸੋ ਤੁਸੀਂ ਨਾ। ਅਜੇ ਕੋਈ ਮੰਗ ਨਹੀਂ ਸਾਡੀ, ਅਸੀਂ ਬੰਦੇ ਮੰਗਦੇ ਹਾਂ, ਅਸੀਂ ਜਿਹੜੇ ਬੰਦੇ ਕਾਤਲ ਹੀ ਉਹ ਮੰਗਦੇ ਹਾਂ। ਇੱਕ ਲੜਕੀ ਸੋਨੀ, ਰਮਨ ਤੇ ਲੜਕੀ ਰਮਨਦੀਪ ਹੈ ਅਤੇ ਸੋਨੀ, ਉਹਨਾਂ ਦੀਆਂ ਡੈੱਡ ਬੋਡੀਜ਼ ਮਿਲੀ ਹੈ ਅਤੇ ਨਾਲ ਇੱਕ ਉਹਨਾਂ ਦਾ ਕਜ਼ਨ ਬ੍ਰਦਰ ਹੈ ਜੋਬਨ, ਉਹਦੀ ਡੈੱਡ ਬੋਡੀ ਮਿਲੀ ਹੈ ਪੁਲ ਕੋਟ ਦਾ ਤਾਂ ਜਿਹੜਾ ਪੁਲ ਦੇ ਉੱਤੇ। ਅਜੇ ਇਹਨਾਂ ਨੇ ਘਰ ਵਾਲਿਆਂ ਨੇ ਸਾਨੂੰ ਬਿਆਨ ਲਿਖਾਉਣਾ ਹੈ, ਬਿਆਨ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜਿਹੜੀ ਉਹ ਕਾਰਵਾਈ ਅਮਲ 'ਚ ਲਿਆਂਦੂ, ਫਿਰ ਤੁਹਾਨੂੰ ਡਿਟੇਲ 'ਚ ਦੱਸ ਦਾਂਗੇ। ਹਾਂ, ਇੱਕ ਨਿਰਮਲ ਲੜਕਾ ਜਿਹੜਾ ਨਿਰਮਲ ਆ, ਉਹ ਬੁਰਜ ਦੇਵਾ ਸਿੰਘ ਦਾ, ਉਹ ਅਸੀਂ ਅਰੈਸਟ ਕਰ ਲਿਆ ਉਹ ਸਾਡੇ ਕੋਲ ਥਾਣੇ। ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ? ਅਜੇ ਇਹਨਾਂ ਨੇ ਸਟੇਟਮੈਂਟ, ਅਜੇ ਬਿਆਨ ਲਿਖਣਾ ਆ, ਫਿਲਹਾਲ ਇਹਨਾਂ ਦੇ ਦਿਲ 'ਚ ਕੋਈ ਰੋਸ ਆ ਉਹ ਕਲੀਅਰ ਹੋ ਜਾਂਦਾ ਆ, ਫਿਰ ਬਿਆਨ ਲਿਖਾਉਂਦੇ ਆ, ਫਿਰ ਉਹ ਆਪਾਂ ਐਜ਼ ਪਰ ਸਟੇਟਮੈਂਟ ਕਾਰਵਾਈ ਕਰਾਂਗੇ, ਲੀਗਲ ਐਕਸ਼ਨ ਲਵਾਂਗੇ। ਮਾਮਲਾ ਅਜੇ ਇਹਨਾਂ ਨੇ ਬਿਆਨ ਦੇਣਾ, ਬੇਸਿਕਲੀ ਇਹਨਾਂ ਨੂੰ ਬਿਆਨ ਨਹੀਂ, ਜਿੰਨਾ ਚਿਰ ਲਿਖਾਉਂਦੇ ਉਨਾ ਚਿਰ ਅਸੀਂ ਕਲੀਅਰ ਨਹੀਂ ਹੋ ਸਕਦਾ। ਅਜੇ ਸਾਨੂੰ ਇਹ ਬਿਆਨ ਲਿਖਾਉਂਦੇ ਆ, ਘਰ ਦੇ ਸਾਰੇ ਮੈਂਬਰ ਫੇਰ ਆ। ਕਿੰਨੇ ਮਰਡਰ? ਕਿੰਨੇ? ਦੋ ਲੜਕੀਆਂ ਆ, ਦੋ ਕਜ਼ਨ ਸਿਸਟਰ ਆ, ਨਾਲ ਉਹਨਾਂ ਦਾ ਬ੍ਰਦਰ ਆ ਜੋਬਨ, ਉਹ ਵੀ ਉਹਨਾਂ ਦਾ ਕਜ਼ਨ ਬ੍ਰਦਰ ਆ। ਕਿੰਨੇ ਰੁਪਏ? ਕਿੰਨੇ ਫੜੇ ਗਏ? ਇੱਕ ਨਿਰਮਲ ਲੜਕਾ ਜਿਹੜਾ ਆ ਉਹ ਬੁਰਜ ਦੇਵਾ ਸਿੰਘ ਦਾ, ਉਹ ਅਰੈਸਟ ਕੀਤਾ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ।
इन्हां सारियां समस्यावां दे पक्के हल लई एक बार जरूर मिलो एस्ट्रोलॉजर बाबा धर्मिंदर जी जी नूं जो करदे ने मुफ्त सेवा मुफ्त समाधान।